ਕੇਕ ਖਾਣ ਨਾਲ ਕਿਵੇਂ ਹੋਈ ਸੀ ਬੱਚੀ ਦੀ ਮੌਤ? ਜ਼ਹਿਰੀਲਾ ਸੀ ਕੇਕ ਜਾਂ ਕੋਈ ਹੋਰ ਹੈ ਕਾਰਨ? ਡਾਕਟਰਾਂ ਨੇ ਜਾਰੀ ਕੀਤੀ ਪੋਸਟਮਾਰਟਮ ਰਿਪੋਰਟ। ਜਾਣੋ ਬੱਚੀ ਦੀ ਮੌਤ ਦਾ ਕੀ ਰਿਹਾ ਅਸਲ ਕਾਰਨ। ਹਾਲ ਹੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕੇਕ ਖਾਣ ਤੋਂ ਬਾਅਦ ਇੱਕ ਮਾਸੂਮ ਬੱਚੀ ਦੀ ਮੌਤ ਹੋ ਜਾਂਦੀ ਹੈ। ਹੁਣ ਇਸ ਮਾਮਲੇ ਦੇ ਵਿੱਚ ਇੱਕ ਪੋਸਟਮਾਰਟਮ ਰਿਪੋਰਟ ਜਾਰੀ ਹੋਈ ਹੈ ਜਿਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਨੇ। ਦਰਅਸਲ ਜਨਮ ਦਿਨ ਦੀ ਪਾਰਟੀ 'ਚ ਇਸ ਬੱਚੀ ਦੇ ਲਈ ਬਾਹਰੋਂ ਕੇਕ ਮੰਗਵਾਇਆ ਗਿਆ ਸੀ ਜਿਸ ਨੂੰ ਖਾਣ ਤੋਂ ਬਾਅਦ ਰਾਤ ਵੇਲੇ ਇਸ ਬੱਚੀ ਦੀ ਹਾਲਤ ਖਰਾਬ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਵੱਲੋਂ ਬੇਕਰੀ ਵਾਲੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਕਿ ਬੇਕਰੀ ਤੋਂ ਮੰਗਵਾਇਆ ਕੇਕ ਖਾਣ ਦੇ ਨਾਲ ਹੀ ਬੱਚੀ ਦੀ ਮੌਤ ਹੋਈ ਹੈ। ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਪਰ ਹੁਣ ਇਸ ਬੱਚੀ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇੱਕ ਗੱਲ ਤਾਂ ਜ਼ਾਹਰ ਹੋ ਗਈ ਹੈ ਕਿ ਇਹ ਕੇਕ ਜ਼ਹਿਰੀਲਾ ਸੀ ਜਾਂ ਨਹੀਂ, ਇਹ ਪਤਾ ਕਰਨ ਦੇ ਵਿੱਚ ਹਾਲੇ ਹੋਰ ਸਮਾਂ ਲੱਗੇਗਾ। ਜੀ ਹਾਂ, ਕਿਉਂਕਿ ਇੱਥੇ ਡਾਕਟਰਾਂ ਦੇ ਵੱਲੋਂ ਜੋ ਪੋਸਟਮਾਰਟਮ ਰਿਪੋਰਟ ਦਿੱਤੀ ਗਈ ਹੈ ਉਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ, ਬਲਕਿ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੇ ਸੈਂਪਲ ਲਏ ਗਏ ਨੇ ਜਿਸ ਤੋਂ ਬਾਅਦ ਜਾਂਚ ਰਿਪੋਰਟ ਆਏਗੀ ਤੇ ਫਿਰ ਖੁਲਾਸਾ ਹੋਏਗਾ ਕਿ ਆਖਿਰ ਬੱਚੀ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਹੈ ਕਿ ਬੱਚੀ ਦੇ ਪੇਟ ਦੇ ਵਿੱਚੋਂ ਸੈਂਪਲ ਲਏ ਗਏ ਨੇ ਜਿਨ੍ਹਾਂ ਨੂੰ 16 ਤਰ੍ਹਾਂ ਦੀ ਸੀਲ ਲਗਾ ਕੇ ਪੈਥੋਲੋਜੀ ਤੇ ਕੈਮੀਕਲ ਲੈਬ ਦੇ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਇਹਨਾਂ ਦੋਨਾਂ ਸੈਂਪਲਾਂ ਦੀ ਰਿਪੋਰਟ ਤੋਂ ਬਾਅਦ ਹੀ ਮਾਨਵੀ ਦੇ ਮੌਤ ਦੇ ਕਾਰਨ ਦਾ ਰਾਜ਼ ਖੁੱਲ ਸਕੇਗਾ। ਡਾਕਟਰਾਂ ਨੇ ਵੀ ਦੱਸਿਆ ਹੈ ਕਿ ਮਾਨਵੀ ਦੇ ਸਿਰਫ ਪੇਟ ਦੇ ਨਹੀਂ ਬਲਕਿ ਉਸ ਦੀ ਆਂਤਰੀਆਂ ਤੋਂ ਲੈ ਕੇ ਕਿਡਨੀ, ਲੀਵਰ, ਫੂਡ ਪਾਈਪ, ਦਿਲ, ਗੋਲ ਬਲੈਡਰ ਤੇ ਸਿਰ ਦੇ ਵੀ ਸੈਂਪਲ ਭੇਜੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਤਰੁਟੀ ਨਾ ਰਹੇ ਤੇ ਮੌਤ ਦੇ ਅਸਲ ਕਾਰਨ ਸਾਹਮਣੇ ਆ ਸਕਣ। ਜੇਕਰ ਕੇਕ ਦੇ ਵਿੱਚ ਕੋਈ ਜ਼ਹਿਰ ਸੀ ਤਾਂ ਉਸ ਦਾ ਪਤਾ ਵੀ ਇਸ ਕੈਮੀਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਲੱਗ ਸਕੇਗਾ। ਹਾਲਾਂਕਿ ਇਸ ਰਿਪੋਰਟ ਨੂੰ ਆਉਣ ਦੇ ਵਿੱਚ 3 ਤੋਂ 4 ਮਹੀਨੇ ਲੱਗ ਸਕਦੇ ਨੇ। ਸੋ ਡਾਕਟਰ ਇਸ ਜਾਂਚ ਰਿਪੋਰਟ ਦੇ ਆਉਣ ਦੀ ਉਡੀਕ ਕਰ ਰਹੇ ਨੇ, ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਏਗੀ।